ਜ਼ਿਲ੍ਹਾ ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਵਰਲਡ ਕੈਂਸਰ ਕੇਅਰ ਸੰਸਥਾ ਦੇ ਉਪਰਾਲੇ ਨਾਲ ਸਵਰਗਵਾਸੀ ਸਰਦਾਰ ਬਾਰਾ ਸਿੰਘ ਦੇ ਪਰਿਵਾਰ ਵੱਲੋਂ ਸ਼ਹੀਦ ਬਾਬਾ ਫਤਿਹ ਸਿੰਘ ਵੈਲਫੇਅਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਵਿੱਚ ਇੱਕ ਵਿਸ਼ਾਲ ਫ੍ਰੀ ਕੈਂਸਰ ਚੈੱਕਅਪ ਕੈਂਪ ਲਗਵਾ ਕੇ ਕੈਂਸਰ ਤੋਂ ਇਲਾਵਾ ਹੋਰ ਬਿਮਾਰੀਆਂ ਦੇ ਵੀ ਚੈੱਕਅਪ ਕਰਕੇ ਦਵਾਈ ਫ੍ਰੀ ਦਿੱਤੀ ਗਈ। ਇਸ ਮੌਕੇ 'ਤੇ ਪਹੁੰਚੇ ਮਾਹਰ ਡਾਕਟਰਾਂ, ਪਰਿਵਾਰਕ ਮੈਂਬਰਾਂ, ਸੁਸਾਇਟੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ, ਜਿਸ ਦੀਆਂ ਸਾਂਝਾ ਟੀਵੀ ਪੰਜਾਬ ਤੋਂ ਤੁਹਾਨੂੰ ਵਿਖਾਉਂਦੇ ਹਾਂ ਲਾਈਵ ਤਸਵੀਰਾਂ। ਮੁਸ਼ਕਲ ਜੀ, ਅੱਜ ਵਰਲਡ ਕੈਂਸਰ ਕੇਅਰ ਪਹੁੰਚੀ ਹੈ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਵਿੱਚ, ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੀ ਅਸੀਂ, ਔਰ ਵਰਲਡ ਕੈਂਸਰ ਕੇਅਰ ਵੱਲੋਂ ਐਸ ਪੀ ਆਈ ਕਾਰ ਦੇ ਸਹਿਯੋਗ ਦੇ ਨਾਲ ਜਿਹੜਾ ਇੱਕ ਵਿਸ਼ਾਲ ਕੈਂਸਰ ਜਾਂਚ ਕੈਂਪ ਰੱਖਿਆ ਗਿਆ। ਮੈਂ ਧੰਨਵਾਦ ਕਰ ਦੇਣਾ ਚਾਹੁੰਦਾ ਜੀ ਪਿੰਡ ਦੇ ਪੂਰੀ ਸਮੂਹ ਜਿਹੜੀ ਸੰਗਤ ਹੈਗੀ ਉਹਨਾਂ ਦਾ, ਨਾਲ ਦੀ ਨਾਲ ਸਰਦਾਰ ਹਰਪ੍ਰੀਤ ਸਿੰਘ ਹੋਣਾ ਦਾ, ਜਿਹਨਾਂ ਨੇ ਆਪਣੇ ਫਾਦਰ ਦੀ ਯਾਦ ਦੇ ਵਿੱਚ ਸਾਰਾ ਜਿਹੜਾ ਪ੍ਰਬੰਧ ਕੀਤੇ ਆ। ਵਰਲਡ ਕੈਂਸਰ ਕੇਅਰ 4 ਮੋਬਾਈਲ ਬੱਸਾਂ ਲੈ ਕੇ ਪਹੁੰਚੀ ਇੱਥੇ, ਜਿਸ 'ਚ ਮੈਮੋਗ੍ਰਾਫੀ ਕੀਤੀ ਜਾ ਰਹੀ ਹੈ, ਬੱਚਿਆਂ ਦੇ ਟੈਸਟ ਕੀਤੇ ਜਾ ਰਹੇ ਆ, ਬੰਦਿਆਂ ਦੇ ਗਦੂਦਾਂ ਦੀ ਜਾਂਚ ਕੀਤੀ ਜਾ ਰਹੀ ਹੈ, ਮੂੰਹ ਗਲੇ ਦੀ ਜਾਂਚ ਕੀਤੀ ਜਾ ਰਹੀ ਹੈ, ਬਲੱਡ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਇਸ ਤੋਂ ਇਲਾਵਾ ਜਿਹੜਾ ਦਵਾਈਆਂ ਦਿੱਤੀਆਂ ਜਾ ਰਹੀਆਂ, ਸ਼ੂਗਰ ਹੈ, ਬੀ ਪੀ ਹੈ, ਔਰ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਜਿਹੜਾ ਉਹ ਲੈਕਚਰ ਵੀ ਦਿੱਤਾ ਗਿਆ, ਔਰ ਨਾਲ ਦੀ ਨਾਲ ਅਸੀਂ ਲਿਟਰੇਚਰ ਵੀ ਵੰਡ ਰਹੇ ਹਾਂ। ਕੈਂਸਰ ਦਾ ਇਲਾਜ ਜਿਹੜਾ ਉਹ ਸੰਭਵ ਹੈ ਜੇ ਪਹਿਲੀ ਸਟੇਜ 'ਤੇ ਪਤਾ ਲੱਗੇ, ਉਸੇ ਮਕਸਦ ਨਾਲ ਜਿਹੜੀ ਵਰਲਡ ਕੈਂਸਰ ਕੇਅਰ ਲਗਾਤਾਰ ਅੱਗੇ ਵੱਧ ਰਹੀ ਹੈ, ਔਰ ਅਸੀਂ ਹੁਣ ਤੱਕ ਅਪਰੋਕਸੀਮੇਟਲੀ ਇਕੱਲੇ ਮਾਲਵੇ ਦੇ ਵਿੱਚ ਹੀ 100 ਤੋਂ ਉੱਪਰ ਜਿਹੜੇ ਕੈਂਪ ਇੱਕ ਸਾਲ ਦੇ ਅੰਦਰ ਲਾ ਚੁੱਕੇ ਹਾਂ, ਔਰ ਜਿਹੜੀ ਕੰਪੇਨ ਕੰਟੀਨਿਊ ਜਾਰੀ ਹੈਗੀ ਹੈ। ਕੈਂਸਰ ਦਾ ਅਕਸਰ ਲੇਟ ਪਤਾ ਲੱਗਦਾ, ਉਸੇ ਚੀਜ਼ ਨੂੰ ਜਿਹੜਾ ਠੀਕ ਕਰਨ ਦੇ ਲਈ, ਕੈਂਸਰ ਨੂੰ ਪਹਿਲਾਂ ਫੜਨ ਦੇ ਲਈ ਜਿਹੜੀ ਵਰਲਡ ਕੈਂਸਰ ਕੇਅਰ ਲਗਾਤਾਰ ਐਸ ਬੀ ਆਈ ਕਾਰਡ ਦੇ ਸਹਿਯੋਗ ਨਾਲ ਅੱਗੇ ਵੱਧ ਰਹੀ ਹੈ, ਔਰ ਇੱਦਾਂ ਦੇ ਪਿੰਡਾਂ ਦਾ ਸਹਿਯੋਗ ਲੈ ਕੇ ਜਿਹੜੇ ਕੈਂਪਾਂ ਨੂੰ ਕਾਮਯਾਬ ਕੀਤਾ ਜਾ ਰਿਹਾ। ਦੇਖੋ, ਡਾਕਟਰ ਕੁਲਵੰਤ ਸਿੰਘ ਧਾਰੀਵਾਲ ਜੀ ਤੇ ਸਾਡੇ ਫਾਊਂਡਰ ਚੇਅਰਮੈਨ ਹੈਗੇ ਆ। ਅਪਰੋਕਸੀਮੇਟਲੀ ਕੋਈ 15-16 ਸਾਲ ਪਹਿਲਾਂ ਜਿਹੜੀ ਸੰਸਥਾ ਚਾਲੂ ਹੋਈ ਸੀ, ਹੁਣ ਤੱਕ ਅਸੀਂ ਤਕਰੀਬਨ 13,000 ਤੋਂ ਵੱਧ ਪਿੰਡਾਂ 'ਚ ਪਹੁੰਚ ਬਣਾਈ ਹੈ ਪਿਛਲੇ 17-18 ਸਾਲ ਦੇ ਵਿੱਚ। ਪੂਰੇ ਇੰਡੀਆ 'ਚ ਕੰਮ ਕਰ ਰਹੇ ਹਾਂ ਅਸੀਂ, ਸਾਡੇ ਕੋਲ ਇਹਦੇ ਨਾਲ ਦੀਆਂ 4 ਟੀਮਾਂ ਕੰਮ ਕਰਦੀਆਂ, ਜਿਹੜੀਆਂ ਵੱਖ ਵੱਖ ਏਰੀਆ 'ਚ ਕੰਮ ਕਰ ਰਹੀਆਂ ਹੁੰਦੀਆਂ, ਔਰ ਜਿਹੜਾ ਮੇਨ ਸਾਡਾ ਮੋਟਿਵ ਇਹੀ ਹੁੰਦਾ ਹੈ ਕਿ ਘਰ ਘਰ ਜਾ ਕੇ ਲੋਕਾਂ ਦੀ ਕੈਂਸਰ ਦੀ ਜਾਂਚ ਕੀਤੀ ਜਾਵੇ, ਔਰ ਕੈਂਸਰ ਨੂੰ ਫੜਨ ਤੋਂ ਪਹਿਲਾਂ ਹੀ ਫੜਿਆ ਜਾਵੇ। ਅੱਜ ਮਤਲਬ ਕਿਸ ਤਰ੍ਹਾਂ ਦਾ ਤੁਹਾਨੂੰ ਚੱਕ ਫਤਿਹ ਸਿੰਘ ਵਾਲਾ ਵਿਖੇ ਇੱਥੇ ਰਿਸਪੌਂਸ ਜਿਹੜਾ ਮਰੀਜ਼ਾਂ ਦਾ ਉਹ ਮਿਲ ਰਿਹਾ? ਦੇਖੋ, ਹੁਣ ਤੱਕ ਕੋਈ 300 ਦੇ ਕਰੀਬ ਲੋਕ ਪਹੁੰਚ ਚੁੱਕੇ ਆ, ਟਾਰਗੇਟ ਸਾਡਾ 500 ਦਾ ਹੁੰਦਾ ਹੈ, ਉਮੀਦ ਕਰਦੇ ਹਾਂ ਕਿ 500 ਤੋਂ ਅੰਕੜਾ ਜਿਹੜਾ ਉੱਪਰ ਜਾਊਗਾ, ਔਰ ਲੋਕ ਜਿਹੜੀ ਆਪਣੀ ਪੂਰੀ ਜਾਂਚ ਕਰਾਉਣਗੇ। ਲੋਕਾਂ 'ਚ ਉਤਸ਼ਾਹ ਵੀ ਹੈ, ਇਕੱਲਾ ਚੱਕ ਫਤਿਹ ਸਿੰਘ ਵਾਲਾ ਪਿੰਡ ਤੋਂ ਲੋਕ ਨਹੀਂ ਹੈਗੇ, ਦੂਰ ਦੁਰਾਡੇ ਪਿੰਡਾਂ ਦੇ ਵਿੱਚੋਂ ਵੀ ਲੋਕ ਪਹੁੰਚੇ ਆ। ਇਹ ਸਾਰਾ ਜਿਹੜਾ ਸਿਹਰਾ ਮੈਂ ਸਮਝਦਾ ਕਿ ਹਰਪ੍ਰੀਤ ਸਿੰਘ ਜੀ ਨੂੰ ਜਾਂਦਾ, ਉਹਦੇ ਪਰਿਵਾਰ ਨੂੰ ਜਾਂਦਾ, ਉਹਨੇ ਪੂਰੇ ਜਿਹੜੇ ਪ੍ਰਬੰਧ ਜਿਹੜੇ ਕੀਤੇ ਸੀ, ਨਾਲ ਜਿਹੜੀ ਸੁਸਾਇਟੀ ਪਿੰਡ ਦੀ ਕੰਮ ਕਰ ਰਹੀ ਆ, ਉਹਨਾਂ ਦੇ ਉਹਨਾਂ ਨੂੰ ਵੀ ਇਹ ਸਿਹਰਾ ਜਾਂਦਾ, ਤਾਂ ਕਿ ਇੰਨੀ ਜਿਹੜੀ ਐਡਵਰਟਾਈਜਮੈਂਟ ਕਰਨੀ ਔਰ ਲੋਕਾਂ ਨੂੰ ਇਕੱਠਿਆਂ ਕਰਨਾ, ਮੈਂ ਸਮਝਦਾ ਕਿ ਆਪਣੇ ਆਪ 'ਚ ਇੱਕ ਬੜੀ ਵੱਡੀ ਜ਼ਿੰਮੇਵਾਰੀ ਸੀ, ਉਹ ਪੂਰੀ ਨਿਭਾਈ ਹੈ ਉਹਨਾਂ ਨੇ, ਔਰ ਇੱਕ ਕਾਮਯਾਬ ਜਿਹੜਾ ਕੈਂਪ ਹੋ ਕੇ ਨਿਕਲਿਆ। ਜੇ ਗੱਲ ਕਰੀਏ ਜੀ ਇਸ ਤਰ੍ਹਾਂ ਦੇ ਜਿਹੜੇ ਕੈਂਪ ਹੈ, ਉਹ ਹੋਰ ਵੀ ਸੰਸਥਾਵਾਂ ਵੱਲੋਂ ਜਾਂ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਪਿੰਡਾਂ ਦੇ ਵਿੱਚ ਲਗਵਾਉਣੇ ਹੋਣ, ਤਾਂ ਉਹ ਕਿੱਥੇ ਜਾਨੀ ਕਿ ਉਹ ਸੰਪਰਕ ਕੀਤਾ ਜਾਵੇ? ਦੇਖੋ, ਸਾਡੀ ਵੈਬਸਾਈਟ ਹੈ worldcancercare.co.in, ਉਸ 'ਤੇ ਲੌਗਇਨ ਕਰਕੇ ਤੁਸੀਂ ਅੱਗੇ ਚੱਲ ਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹਾਂ। ਸਾਡੇ ਕੰਟੈਕਟ ਵਗੈਰਾ ਪਏ ਹੁੰਦੇ ਆ। ਅਕਸਰ ਅਸੀਂ ਇਹ ਕੈਂਪ ਜਿਹੜੇ ਆ ਪੂਰੇ ਭਾਰਤ 'ਚ ਕਰਦੇ ਰਹਿੰਦੇ ਹਾਂ, ਅਸੀਂ ਸਪੋਰਟ ਵੀ ਮੰਗਦੇ ਹਾਂ, ਜਿਹੜੇ ਲੋਕ ਹੈਗੇ ਆ, ਜਿਹੜੀ ਐਨ ਜੀ ਓਜ਼ ਹੈਗੀਆਂ, ਜਿਹੜੇ ਸੁਸਾਇਟੀ, ਉਹਨਾਂ ਕੋਲ ਮਦਦ ਵੀ ਮੰਗਦੇ ਹੁੰਦੇ ਆ, ਵਾਰ ਵਾਰ ਧਾਰੀਵਾਲ ਸਾਹਿਬ ਅਪੀਲ ਵੀ ਕਰਦੇ ਹੁੰਦੇ ਆ, ਔਰ ਉਸੇ ਅਪੀਲ ਦੇ ਸਦਕਾ ਜਿਹੜੇ ਆ ਕੈਂਪ ਲੱਗਦੇ ਰਹਿੰਦੇ ਆ। ਸੋ ਜਿੰਨੇ ਵੀ ਲੋਕ, ਅਗਰ ਤੁਸੀਂ ਵੀ ਆਪਣੇ ਪਿੰਡ 'ਚ ਕੈਂਪ ਲਵਾਉਣਾ ਚਾਹੁੰਦੇ ਹੋ, ਤਾਂ ਸਾਡੀ ਸਾਈਟ 'ਤੇ ਜਾ ਕੇ ਉੱਥੇ ਡਿਟੇਲ ਆਪਣੀ ਫਿਲ ਅਪ ਕਰੋ, ਤੁਹਾਡੇ ਪਿੰਡ ਦੀ ਚੀਜ਼ ਨੂੰ ਪਹੁੰਚਦੇ। ਤੇ ਸਰ, ਜੇ ਮਤਲਬ ਜਿਵੇਂ ਕੈਂਪ ਦੌਰਾਨ ਕੋਈ ਮਰੀਜ਼ ਪੋਜ਼ਿਟਿਵ ਪਾਇਆ ਜਾਂਦਾ ਜਾਂ ਹੋਰ ਪਾਇਆ ਜਾਂਦਾ, ਤਾਂ ਤੁਹਾਡੇ ਕੋਈ ਇਸ ਤਰ੍ਹਾਂ ਦੇ ਹਸਪਤਾਲ ਵੀ ਨੇ ਜਾਂ ਉਸ ਤੋਂ ਅੱਗੇ ਕੀ ਮਤਲਬ ਉਹਦਾ ਹੁੰਦਾ ਜੀ? ਦੇਖੋ, ਸੰਸਥਾ ਦਾ ਕੰਮ ਹੈਗਾ ਵਾ ਕੈਂਸਰ ਦੀ ਜਾਂਚ ਕਰਨੀ, ਕੈਂਸਰ ਨੂੰ ਪਹਿਲੀ ਸਟੇਜ 'ਤੇ ਫੜਨਾ, ਜੇ ਕੋਈ ਪੋਜ਼ਿਟਿਵ ਨਿਕਲਦਾ ਤੇ ਉਹਨਾਂ ਦੇ ਇਲਾਜ ਦੇ ਲਈ ਜਿਹੜੇ ਵੱਖ ਵੱਖ ਹਸਪਤਾਲ ਹੈਗੇ ਉਹਨਾਂ 'ਚ ਭੇਜਿਆ ਜਾਂਦਾ।
ਸਰਕਾਰਾਂ ਵੱਲੋਂ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ, ਆਯੁਸ਼ਮਾਨ ਕਾਰਡ 5 ਲੱਖ ਦਾ ਜਿਹੜਾ ਫ੍ਰੀ ਹੈ ਉਹਦੇ ਤਹਿਤ ਵੀ ਇਲਾਜ ਹੋ ਜਾਂਦਾ ਹੈ। ਇਸ ਤੋਂ ਇਲਾਵਾ 1.5 ਲੱਖ ਜਿਹੜੀ ਹੈ ਪੰਜਾਬ ਸਰਕਾਰ ਦੇ ਰਹੀ ਹੈ ਕੈਂਸਰ ਦੇ ਇਲਾਜ ਵਾਸਤੇ। ਸੋ ਮੈਂ ਸਮਝਦਾ ਕਿ ਖਰਚੇ ਡਰਨ ਦੀ ਲੋੜ ਨਹੀਂ ਹੈਗੀ, ਸਰਕਾਰਾਂ ਨੇ ਪ੍ਰਬੰਧ ਕੀਤੇ ਹੋਏ ਆ ਔਰ ਵਰਲਡ ਕੈਂਸਰ ਕੇਅਰ ਪੂਰੇ ਇੰਡੀਆ ਦੇ ਵਿੱਚ ਹੈਗੀ ਹੈ। ਸਾਡਾ ਜਿਹੜਾ ਹਸਪਤਾਲ ਵੀ ਹੈਗੇ ਆ ਦੋ, ਉਹਨਾਂ ਵਿੱਚ ਕੇਵਲ ਦਾ ਕੇਵਲ ਡਾਇਗਨੋਸ ਕੀਤਾ ਜਾ ਰਿਹਾ, ਟ੍ਰੀਟਮੈਂਟ ਵਾਸਤੇ ਕੰਮ ਨਹੀਂ ਕਰ ਰਹੇ। ਅਸੀਂ ਮੇਨ ਸਾਡਾ ਕੰਮ ਹੈ ਪ੍ਰੀਵੈਂਸ਼ਨ ਤੇ ਕੰਮ ਕੀਤਾ ਜਾਵੇ ਵੀ ਕੈਂਸਰ ਹੋਵੇ ਹੀ ਨਾ, ਉਸ ਤੇ ਕੰਮ ਕੀਤਾ ਜਾਵੇ। ਕਿੱਥੇ ਕਿੱਥੇ ਦੱਸੋ ਹਸਪਤਾਲ ਹੈਗੇ ਤੇ ਕਿਵੇਂ? ਇੱਕ ਜਲੰਧਰ ਦੇ ਵਿੱਚ ਹੈ ਔਰ ਇੱਕ ਜਗਰਾਉਂ ਦੇ ਵਿੱਚ ਹੈ। ਜਿਹੜਾ ਮੇਨ ਜਿਹੜਾ ਹਸਪਤਾਲ ਹੈ ਉਹ ਜਲੰਧਰ ਦੇ ਵਿੱਚ ਹੈਗਾ, ਉਹਦੀ ਜਿਹੜੀ ਇਨਫੋਰਮੇਸ਼ਨ ਤੁਸੀਂ ਜਾ ਕੇ ਸਾਡੀ ਵੈਬਸਾਈਟ ਤੇ ਲੈ ਸਕਦੇ। ਠੀਕ ਹੈ। ਤੇ ਜਿਸ ਤਰ੍ਹਾਂ ਦਾ ਅੱਜ ਸਹਿਯੋਗ ਮਿਲਿਆ ਤੇ ਪਹਿਲਾਂ ਤੁਹਾਨੂੰ ਸੰਸਥਾਵਾਂ ਵੱਲੋਂ ਸਹਿਯੋਗ ਮਿਲਿਆ ਤੇ ਅੱਗੇ ਤੋਂ ਕੀ ਸਹਿਯੋਗ ਦੀ ਮੰਗ ਕਰੋਗੇ ਲੋਕਾਂ ਤੋਂ ਵੀ, ਕਿਸ ਤਰ੍ਹਾਂ ਦਾ ਮਤਲਬ ਜਿਹੜਾ ਹੈਗਾ ਅਵੇਅਰਨੈਸ ਹੋਣਾ? ਦੇਖੋ ਜੀ, ਇਹ ਲੋਕਾਂ ਦੇ ਸਾਥ ਦੇ ਨਾਲ ਹੀ ਪੋਸੀਬਲ ਹੈਗਾ ਕਿਉਂਕਿ ਇੰਨੇ ਲੋਕਾਂ ਨੂੰ ਇਕੱਠਿਆਂ ਕਰਨਾ ਕੋਈ ਸੌਖਾ ਨਹੀਂ ਹੁੰਦਾ ਔਰ ਸੰਸਥਾਵਾਂ ਜਿਹੜੀਆਂ ਮੈਂ ਸਮਝਦਾ ਬੜੀਆਂ ਖੁੱਲ੍ਹ ਕੇ ਅੱਗੇ ਆ ਰਹੀਆਂ ਨੇ। ਹੁਣ ਤੱਕ ਜਿਵੇਂ ਅਸੀਂ 100 ਕੈਂਪ ਲਾ ਚੁੱਕੇ ਹਾਂ, ਹਰ ਪਿੰਡ ਦੇ ਵਿੱਚੋਂ ਮੈਂ ਸਮਝਦਾ ਵੀ ਚੰਗੇ ਲੋਕ ਵੀ ਹੈਗੇ ਆ ਜਿਨ੍ਹਾਂ ਨੇ ਬੜੇ ਸੋਹਣੇ ਸੋਹਣੇ ਪ੍ਰਬੰਧ ਕੀਤੇ ਸੀ ਸਾਡੇ ਲਈ, ਇੰਨੀ ਪਬਲਿਕ ਇਕੱਠੀ ਕੀਤੀ। ਹੁਣ ਤੱਕ ਅਪਰੋਕਸੀਮੇਟਲੀ 100 ਕੈਂਪਾਂ ਨੂੰ ਅਸੀਂ ਚੈੱਕਅਪ ਕਰਦੇ ਹੋਏ ਕੋਈ 47,000 ਦੇ ਕਰੀਬ ਲੋਕਾਂ ਨੂੰ ਚੈੱਕਅਪ ਕੀਤਾ ਹੈ, ਜਿਨ੍ਹਾਂ ਦੇ ਵਿੱਚੋਂ 36,000 ਲੋਕਾਂ ਦੇ ਚੈੱਕਅਪ ਵੀ ਅਸੀਂ ਕੀਤੇ ਹੈ। 400 ਦੇ ਕਰੀਬ ਲੋਕ ਜਿਹੜੇ ਆਪਣਾ ਇਲਾਜ ਵੀ ਕਰਾ ਰਹੇ ਆ, ਤਕਰੀਬਨ ਕੋਈ 50 ਦੇ ਕਰੀਬ ਅਸੀਂ ਨਵੇਂ ਕੇਸ ਲੱਭੇ ਸੀਗੇ ਜਿਹੜੇ ਅਲੱਗ ਅਲੱਗ ਹਸਪਤਾਲਾਂ 'ਚ ਆਪਾਂ ਇਲਾਜ ਕਰਵਾ ਰਹੇ। ਸੋ ਬੜੀ ਵੱਡੀ ਮੁਹਿੰਮ ਸੀਗੀ, ਬੜਾ ਭਰਵਾਂ ਹੁੰਗਾਰਾ ਮਿਲਿਆ ਸੀ। ਉਮੀਦ ਕਰਦੇ ਹਾਂ ਵੀ ਅੱਗੇ ਤੋਂ ਲੋਕ ਵੀ ਇਸ ਤਰ੍ਹਾਂ ਸਾਨੂੰ ਪਿਆਰ ਦੇਣਗੇ ਔਰ ਹੁੰਗਾਰਾ ਕਰਨ। ਜਿਵੇਂ ਕਿ ਪਰਿਵਾਰ ਵੱਲੋਂ ਅੱਜ ਕੈਂਪ ਲਗਾਇਆ ਗਿਆ ਜੀ, ਇਹਨਾਂ ਦਾ ਪਰਿਵਾਰ ਨਾਲ ਗੱਲ ਹੋਈ, ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਫਾਲਤੂ ਖਰਚਾ ਤੋਂ ਪਾਸੇ ਹਟ ਕੇ ਇਸ ਤਰ੍ਹਾਂ ਦੇ ਮਤਲਬ ਕੈਂਪ ਜਾਂ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਨੇ, ਉਹਦੇ ਬਾਰੇ ਕੀ ਕਹੋਗੇ? ਬਿਲਕੁਲ ਜੀ, ਬੜੀ ਵਧੀਆ ਸੋਚ ਹੈ ਇਹਨਾਂ ਦੀ, ਕਿਉਂਕਿ ਅਕਸਰ ਆਪਾਂ ਉਹ ਕੰਮ ਕਰ ਰਹੇ ਹਾਂ ਜਿਹਨਾਂ ਦੀ ਸਮਾਜ ਨੂੰ ਲੋੜ ਹੀ ਹੈ ਨਹੀਂ ਹੈ। ਸਾਡਾ ਜਿਹੜਾ ਦਾਨ ਹੈ ਉਹ ਮੈਂ ਸਮਝਦਾ ਕਿ ਮੈਡੀਕਲ ਔਰ ਐਜੂਕੇਸ਼ਨ ਵਾਲੇ ਪਾਸੇ ਹੋਣਾ ਚਾਹੀਦਾ। ਜਿਸਨ ਤੋਂ ਇਹ ਲੋਕ ਇਸ ਚੀਜ਼ ਨੂੰ ਸਮਝ ਲੈਣਗੇ ਕਿ ਸਾਡਾ ਜਿਹੜਾ ਦਾਨ ਹੈ ਉਹ ਮੈਡੀਕਲ ਵਾਲੇ ਪਾਸੇ ਹੈ ਜਾਂ ਸਿੱਖਿਆ ਵਾਲੇ ਪਾਸੇ ਹੈ, ਤਾਂ ਮੈਂ ਸਮਝਦਾ ਕਿ ਇੱਕ ਜਿਹੜਾ ਪੰਜਾਬ ਹੈ ਉਹ ਨਵੀਆਂ ਪੈੜਾਂ 'ਚ ਦੱਸੂਗਾ ਔਰ ਇੱਕ ਖੁਸ਼ਹਾਲ ਪੰਜਾਬ ਦੀ ਜਿਹੜੀ ਉੱਤਰੀ ਹੋਊਗੀ। ਠੀਕ ਹੈ ਡਾਕਟਰ, ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਨਾਲ ਦਰਸ਼ਕਾਂ ਨਾਲ ਗੱਲਬਾਤ ਕਰਨ ਲਈ। ਥੈਂਕ ਯੂ। ਮੈਂ ਹਰਪ੍ਰੀਤ ਸਿੰਘ ਮਾਨ, ਪਿੰਡ ਚੱਕ ਫਤਿਹ ਸਿੰਘ ਵਾਲਾ ਉੱਚੀ। ਮੈਂ ਅੱਜ ਆਪਣੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਫ੍ਰੀ ਕੈਂਸਰ ਕੇਅਰ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਦੀ ਟੀਮ ਵੱਲੋਂ ਅੱਜ ਕੈਂਪ ਲਗਾਇਆ ਗਿਆ, ਜਿਸ ਵਿੱਚ ਹਰੇਕ ਤਰ੍ਹਾਂ ਦੇ ਕੈਂਸਰ ਦੇ ਫ੍ਰੀ ਚੈੱਕਅਪ ਕੀਤੇ ਜਾ ਰਹੇ ਆ ਔਰ ਮੇਰੇ ਫਾਦਰ ਸਾਹਿਬ ਦੀ ਕੈਂਸਰ ਨਾਲ ਮੌਤ ਹੋਈ ਸੀ, ਜਿਸ ਕਰਕੇ ਮੈਂ ਇਹ ਮਨ ਵਿੱਚ ਸੋਚਿਆ ਸੀਗਾ ਵੀ ਦੂਜੇ ਕੰਮ ਸਾਰੇ ਛੱਡ ਕੇ ਆਮ ਫਾਲਤੂ ਖਰਚੇ ਘਟਾ ਕੇ ਵੀ ਇਹ ਕੈਂਪ ਲਵਾਏ ਜਾਣ ਤਾਂ ਕਿ ਕਿਸੇ ਹੋਰ ਕਿਸੇ ਦੀ ਕੀਮਤੀ ਜਾਨ ਨਾ ਜਾਵੇ ਤੇ ਲੋਕਾਂ ਦੇ ਫ੍ਰੀ ਚੈੱਕਅਪ ਹੋਣ ਤੇ ਵੱਧ ਤੋਂ ਵੱਧ ਲੋਕ ਇਹਦਾ ਲਾਭ ਉਠਾਉਣ। ਤੇ ਜੋ ਹਰਪ੍ਰੀਤ ਜੀ ਲੋਕ ਜਿਹੜੇ ਹੈਗੇ ਆ ਵਰਸ਼ੀਆਂ ਵਗੈਰਾ ਜਾਂ ਹੋਰ ਫਾਲਤੂ ਦੇ ਖਰਚ ਕਰ ਰਹੇ ਨੇ, ਤੇ ਜਿਵੇਂ ਤੁਸੀਂ ਅੱਜ ਆਪਦੇ ਫਾਦਰ ਨੂੰ ਯਾਦ ਕਰਦੇ ਆ ਇਹ ਲਵਾਇਆ ਤਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਵੀ ਵਾਧੂ ਦੇ ਖਰਚੇ ਭੋਗਾਂ ਤੇ ਹੋਰ ਕਿਹੜੇ ਖਰਚੇ ਕਰਦੇ ਆ ਵਿਆਹਾਂ ਤੇ ਕਰਦੇ ਆ ਉਹਨਾਂ ਨੂੰ ਛੱਡ ਕੇ ਲੋਕ ਐਜੂਕੇਸ਼ਨ ਵੱਲ, ਬੱਚਿਆਂ ਦੀ ਪੜ੍ਹਾਈ ਵੱਲ ਤੇ ਮੈਡੀਕਲ ਸਹੂਲਤਾਂ ਵਾਸਤੇ ਜੇ ਕੋਈ ਦਾਨ ਕਰ ਸਕਦਾ ਵੱਧ ਤੋਂ ਵੱਧ ਇਸ ਵਾਸਤੇ ਦਾਨ ਕਰ। ਤੇ ਹੋਰ ਕੀ ਸਹਿਯੋਗ ਮਿਲ ਰਿਹਾ ਲੋਕਾਂ ਵੱਲੋਂ ਜਾਂ ਕਿਸੇ ਸੰਸਥਾ ਵੱਲੋਂ? ਸਾਡੇ ਪਿੰਡ ਦੀ ਬਹੁਤ ਹੀ ਕਾਰਜਯੋਗ ਇੱਕ ਬਾਬਾ ਫਤਿਹ ਸਿੰਘ ਵੈਲਫੇਅਰ ਸੁਸਾਇਟੀ ਬਣੀ ਆ ਜਿਨ੍ਹਾਂ ਦਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਆਪਦਾ?
ਸਾਡੇ ਪਿੰਡ ਦੇ ਵਿੱਚ ਸਰਦਾਰ ਸਾਡੇ ਚਰਚਾ ਜੀ ਬਾਬਾ ਫਤਿਹ ਸਿੰਘ ਮਾਨ ਅਤੇ ਸ਼ਹੀਦ ਬਾਬਾ ਫਤਿਹ ਸਿੰਘ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਕੈਂਸਰ ਚੈੱਕਅਪ ਬਲੱਡ ਕੈਂਸਰ ਕੇਅਰ ਦੇ ਸਹਿਯੋਗ ਦੇ ਨਾਲ ਜਿਹੜਾ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਹੁਣ ਤੱਕ ਸਭ ਤੋਂ ਵੱਧ 400 ਤੋਂ ਉੱਪਰ ਮਰੀਜ਼ ਆ ਚੁੱਕੇ ਆ। ਉਹਨਾਂ ਨੇ ਸਾਰੇ ਆਪਣੇ ਜਿਹੜੇ ਕਿ ਸੈਂਸ ਵਗੈਰਾ ਲੈ ਗਿਆ, ਡਾਕਟਰਾਂ ਨੂੰ ਵਧੀਆ ਸਲਾਹ ਦਿੱਤੀ ਹੈਗੀ ਆ ਅਤੇ ਕਾਫ਼ੀ ਲੋਕ ਬੜੇ ਇੱਥੇ ਹੈਗੇ ਲੋਕ ਆ ਰਹੇ। ਕੀ ਸੋਚ ਸੀ ਇਸ ਕੈਂਪ ਬਾਰੇ ਜਦੋਂ ਮੰਨ ਲਓ ਇਹਨਾਂ ਨਾਲ ਸੰਪਰਕ ਕੀਤਾ ਜਾਂ ਤੁਹਾਡੇ ਮਨ ਵਿੱਚ ਇਹ ਸੋਚ ਆਈ ਕਿ ਕੈਂਪ ਲਵਾਇਆ ਜਾਵੇ? ਇਸ ਤੋਂ ਪਹਿਲਾਂ ਕੋਈ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕੈਂਪ ਆਯੋਜਿਤ ਕੀਤਾ ਗਿਆ ਸੀ ਜਾਂ ਕੋਈ ਹੋਰ ਇਸ ਬਾਰੇ? ਇੱਕ ਗੱਲ ਇਹ ਹੈ ਕਿ ਮਾਲਵੇ ਦੇ ਵਿੱਚ ਕੈਂਸਰ ਦੇ ਬਹੁਤ ਮਰੀਜ਼ ਆ ਰਹੇ ਨੇ ਸਾਹਮਣੇ, ਮੌਤਾਂ ਵੀ ਬਹੁਤ ਹੋ ਰਹੀਆਂ ਨੇ। ਜਦੋਂ ਇਹ ਕੈਂਪ ਲਗਾਉਣ ਦਾ ਉਪਰਾਲਾ ਕੀਤਾ ਸੀ ਜਾਂ ਲੋਕਾਂ ਦਾ ਕਿੰਨਾ ਕੁ ਸਹਿਯੋਗ ਸੀ ਜਾਂ ਡਰ ਸੀ? ਸੋ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ। ਔਰ ਇਸ ਤਰ੍ਹਾਂ ਦੇ ਜਿਹੜੇ ਕੈਂਪ ਹੈ ਉਹ ਹੋਰ ਪਿੰਡਾਂ ਦੇ ਵਿੱਚ ਵੀ ਲਗਾਏ ਜਾਣੇ ਚਾਹੀਦੇ ਨੇ। SBI ਕਾਰਡ ਅਤੇ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ, ਮਾਨ ਪਰਿਵਾਰ ਵੱਲੋਂ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਇਹ ਸਫਲਤਾਪੂਰਵਕ ਕੈਂਪ ਹੈ ਜਿਹੜਾ ਉਹ ਇੱਥੇ ਲਗਾਇਆ ਗਿਆ ਹੈ। ਔਰ ਵੱਖ ਵੱਖ ਪਿੰਡਾਂ ਤੋਂ ਲੋਕ ਇੱਥੇ ਪਹੁੰਚ ਚੁੱਕੇ ਨੇ, ਉਹ ਆਪਣੇ ਆਪਣੇ ਟੈਸਟ ਕਰਵਾ ਰਹੇ ਨੇ, ਜੋ ਕਿ ਮਹਿੰਗੇ ਮਹਿੰਗੇ ਟੈਸਟ ਹੈ ਉਹ ਬਿਲਕੁਲ ਫ੍ਰੀ ਕੀਤੇ ਜਾ ਰਹੇ ਨੇ। ਡਾਕਟਰ ਸਾਹਿਬਾਨਾਂ ਦੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ, ਉਹ ਡਾਕਟਰ ਸਾਹਿਬਾਨਾਂ ਵੱਲੋਂ ਜੋ ਟੈਸਟ ਲੈ ਕੇ ਜਾਂਦੇ ਨੇ ਉਹਨਾਂ ਦੀਆਂ ਰਿਪੋਰਟਾਂ ਵੀ ਦਿੱਤੀਆਂ ਜਾ ਰਹੀਆਂ ਨੇ। ਸੋ ਇੱਕ ਵਾਰ ਫਿਰ ਮਾਨ ਪਰਿਵਾਰ ਦਾ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਇੱਕ ਵਧੀਆ ਸੋਚ ਲੈ ਕੇ ਕੈਂਪ ਲਗਾਇਆ। ਧੰਨਵਾਦ ਜੀ।